ਰੂਸੀ ਫੌਜ 'ਚ ਭਰਤੀ ਭਾਰਤੀਆਂ ਦੀ ਵਾਪਸੀ 'ਤੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਫੌਜ ਦੇ ਵਿੱਚ ਭਾਰਤੀਆਂ ਦੀ ਭਰਤੀ 'ਤੇ ਰੂਸ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤਾਂ ਭਾਰਤੀਆਂ ਨੂੰ ਜਲਦ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਅਸੀਂ ਭਾਰਤ ਦੇ ਨਾਲ ਹੈ, ਇਹ ਕਹਿਣਾ ਹੈ ਰੂਸ ਦੇ ਰਾਜਦੂਤ ਦਾ। ਉਹਨਾਂ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਮੁੱਦਾ ਜਲਦੀ ਹੀ ਹੱਲ ਹੋ ਜਾਵੇਗਾ, ਰੂਸੀ ਫੌਜ ਨੂੰ ਭਾਰਤੀਆਂ ਦੀ ਜ਼ਰੂਰਤ ਨਹੀਂ ਹੈ। ਤਾਂ ਦੱਸ ਦਈਏ ਕਿ ਲਗਾਤਾਰ ਜੋ ਭਾਰਤੀ ਇੱਥੋਂ ਜਾ ਰਹੇ ਸੀ ਰਸ਼ੀਆ ਦੇ ਵਿੱਚ, ਉਹਨਾਂ ਨੂੰ ਜ਼ਬਰਦਸਤੀ ਫੜ ਕੇ ਆਰਮੀ ਦੇ ਵਿੱਚ ਭਰਤੀ ਕਰ ਦਿੱਤਾ ਜਾਂਦਾ ਸੀ ਉੱਥੇ ਦੀ, ਅਤੇ ਅੱਗੇ ਯੂਕਰੇਨ ਦੇ ਨਾਲ ਜੋ ਇਹਨਾਂ ਦੀ ਜੰਗ ਲੱਗੀ ਹੋਈ ਹੈ ਉਸ ਦੇ ਵਿੱਚ ਭਾਰਤੀਆਂ ਨੂੰ ਅੱਗੇ ਭੇਜ ਦਿੱਤਾ ਜਾਂਦਾ ਸੀ। ਤਾਂ ਜਿਸ ਨੂੰ ਲੈ ਕੇ ਲਗਾਤਾਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਸੀ ਕਿ ਜੋ ਰੂਸ ਦੇ ਵਿੱਚ ਜ਼ਬਰਦਸਤੀ ਉੱਥੇ ਦੀ ਆਰਮੀ 'ਚ ਭਰਤੀ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦਾ ਜਾਵੇ। ਅਤੇ ਹੁਣ ਜਦੋਂ ਪੀਐਮ ਮੋਦੀ ਨੇ ਆਪਣੀ ਯਾਤਰਾ ਕੀਤੀ ਹੈ ਉੱਧਰ ਦੀ ਰੂਸ ਦੀ, ਤਾਂ ਉੱਥੇ ਜੋ ਹੈ ਇਸ ਮੁੱਦੇ ਨੂੰ ਚੁੱਕਿਆ ਗਿਆ, ਜਿਸ ਤੋਂ ਬਾਅਦ ਇਹ ਵੱਡਾ ਬਿਆਨ ਰੂਸ ਦੇ ਰਾਜਦੂਤ ਦਾ ਸਾਹਮਣੇ ਆਇਆ, ਜਿੱਥੇ ਕਿ ਉਹਨਾਂ ਨੇ ਕਿਹਾ ਕਿ ਅਸੀਂ ਭਾਰਤ ਦੇ ਨਾਲ ਹਾਂ, ਉਮੀਦ ਕਰਦੇ ਹਾਂ ਕਿ ਮੁੱਦਾ ਜਲਦੀ ਹੀ ਹੱਲ ਹੋ ਜਾਵੇਗਾ। ਤਾਂ ਰੂਸੀ ਫੌਜ ਦੇ ਵਿੱਚ ਭਰਤੀ ਭਾਰਤੀਆਂ ਦੀ ਵਾਪਸੀ 'ਤੇ ਵੱਡੀ ਖਬਰ ਸਾਹਮਣੇ ਆਈ ਹੈ। ਫੌਜ ਦੇ ਵਿੱਚ ਭਾਰਤੀਆਂ ਦੀ ਭਰਤੀ 'ਤੇ ਰੂਸ ਦਾ ਵੱਡਾ ਬਿਆਨ ਸਾਹਮਣੇ ਆਇਆ, ਭਾਰਤੀਆਂ ਨੂੰ ਜਲਦ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਅਸੀਂ ਭਾਰਤ ਦੇ ਨਾਲ ਹਾਂ, ਇਹ ਕਹਿਣਾ ਰੂਸ ਦੇ ਰਾਜਦੂਤ ਦਾ। ਉਹਨਾਂ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਮੁੱਦਾ ਜਲਦੀ ਹੀ ਹੱਲ ਹੋ ਜਾਵੇਗਾ, ਰੂਸੀ ਫੌਜ ਨੂੰ ਭਾਰਤੀਆਂ ਦੀ ਜ਼ਰੂਰਤ ਨਹੀਂ ਹੈ। ਰੂਸ ਆਪਣੀ ਫੌਜ 'ਚ ਭਾਰਤੀਆਂ ਨੂੰ ਭਰਤੀ ਨਹੀਂ ਸੀ ਕਰਨਾ ਚਾਹੁੰਦਾ, ਜ਼ਿਆਦਾਤਰ ਭਾਰਤੀਆਂ ਨੂੰ ਵਪਾਰਕ ਢਾਂਚੇ ਦੇ ਤਹਿਤ ਭਰਤੀ ਕੀਤਾ ਗਿਆ, ਭਾਰਤੀ ਪੈਸਾ ਕਮਾਉਣਾ ਚਾਹੁੰਦੇ ਸੀ, ਇਹ ਕਹਿਣਾ ਰੂਸ ਦੇ ਰਾਜਦੂਤ ਦਾ। ਸਹਾਇਕ ਸਟਾਫ ਵਜੋਂ ਉਹਨਾਂ ਦੀ ਭਰਤੀ ਜੋ ਹੈ ਉਹ ਕੀਤੀ ਗਈ ਸੀ ਅਤੇ ਮੁੱਦੇ ਦਾ ਸਿਆਸੀਕਰਨ ਹੈ ਉਹ ਨਹੀਂ ਹੋਣਾ ਚਾਹੀਦਾ। ਤਾਂ ਭਾਰਤੀਆਂ ਦੀ ਗਿਣਤੀ ਸੰਘਰਸ਼ ਦੇ ਵਿੱਚ ਕੋਈ ਵੀ ਮਾਇਨੇ ਨਹੀਂ ਰੱਖਦੀ, ਪੀਐਮ ਮੋਦੀ ਨੇ ਪੁਤਿਨ ਸਾਹਮਣੇ ਵੀ ਇਹ ਮੁੱਦਾ ਚੁੱਕਿਆ ਸੀ। ਤਾਂ ਜਿਸ ਤੋਂ ਬਾਅਦ ਹੁਣ ਰੂਸ ਦੇ ਰਾਜਦੂਤ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀਆਂ ਨੂੰ ਜਲਦੀ ਭਾਰਤ ਭੇਜਣ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਨੇ, ਅਤੇ ਉਹਨਾਂ ਨੇ ਕਿਹਾ ਕਿ ਰੂਸ ਦੀ ਆਪਣੀ ਫੌਜ ਜੋ ਹੈ ਉਹ ਭਾਰਤੀਆਂ ਨੂੰ ਭਰਤੀ ਕਰਨਾ ਨਹੀਂ ਸੀ ਚਾਹੁੰਦੀ, ਕਿਉਂਕਿ ਜ਼ਿਆਦਾਤਰ ਜੋ ਭਾਰਤੀ ਸੀ ਉਹ ਪੈਸਾ ਕਮਾਉਣਾ ਚਾਹੁੰਦੇ ਸੀ, ਇਸ ਲਈ ਰੂਸ ਦੀ ਆਰਮੀ ਦੇ ਵਿੱਚ ਉਹਨਾਂ ਨੂੰ ਭਰਤੀ ਕੀਤਾ ਗਿਆ ਸੀ। ਅਤੇ ਹੁਣ ਦੇਖਣਾ ਹੋਵੇਗਾ ਕਿ ਕਦੋਂ ਇਹ ਭਾਰਤੀਆਂ ਦੀ ਜਲਦ ਵਾਪਸੀ ਜੋ ਹੈ ਆਪਣੇ ਵਤਨ ਹੁੰਦੀ ਹੈ।